ਗੁਰਦਾਸ ਸਾਹਿਬ ਰੱਖ ਕੇ ਕੋਈ ਗਿਆ ਸੀ ਸੜਕ ਦੇ ਉੱਤੇ। ਚਲੋ ਅੱਜ ਸਿੰਘਾਂ ਨੇ ਯਾਦ ਕੀਤਾ, ਪਹੁੰਚੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਕਹਿੰਦੇ ਹੀ ਆ ਜੀ ਸਾਰੇ ਕਹਿੰਦੇ ਆਪਾਂ, ਉਹ ਕਹਿੰਦੇ ਸ਼ੈਤਾਨ ਦੀ ਬਾਣੀ। ਇਹ ਬੜੀ ਦੁਖਦਾਈ ਘਟਨਾ ਜਿਹੜੀ ਵਾਪਰੀ ਸੀ ਪਿੰਡ ਵਡਾਲਾ ਗ੍ਰੰਥੀਆਂ ਜ਼ਿਲ੍ਹਾ ਗੁਰਦਾਸਪੁਰ ਪਿੰਡ ਵਿੱਚ। ਗੁਟਕੇ ਸਾਹਿਬ ਜਿਹੜੀ ਬਾਣੀ ਸਾਨੂੰ ਜੀਵਨ ਦਿੰਦੀ ਹੈ, ਜਿਹੜੀ ਮਨਮੁੱਖ ਨੂੰ ਗੁਰਸਿੱਖ ਸੰਤ ਛਪਾਈ ਬ੍ਰਹਮ ਗਿਆਨੀ ਬਣਾਉਂਦੀ ਹੈ, ਜਿਹੜੀ ਬਾਣੀ ਧੁਰੋਂ ਆਈ ਹੈ, ਇਸ ਪਵਿੱਤਰ ਗੁਰਬਾਣੀ ਦਾ ਨਿਰਾਦਰ ਕਰਨ ਵਾਲਾ ਦੁਸ਼ਟ ਰੁਪਿੰਦਰ, ਉਹਦੀ ਧਰਮ ਪਤਨੀ ਜਿਹੜੀ ਸੀ ਸੁਖਵਿੰਦਰ, ਇਹ ਇਸ ਪਿੰਡ ਦੇ ਵਿੱਚ ਕਾਫੀ ਸਮਾਂ ਹੋ ਗਿਆ ਹੈ ਕਿ ਪਿੰਡ ਭਾਮ ਤੋਂ ਉੱਠ ਕੇ ਇੱਥੇ ਆਏ ਹੋਏ ਨੇ। ਇਸ ਦੁਸ਼ਟ ਨੇ ਕੀ ਕੀਤਾ ਕਿ ਮਹਾਰਾਜ ਦੀ ਪਵਿੱਤਰ ਗੁਰਬਾਣੀ ਦੀਆਂ ਪੋਥੀਆਂ ਦਾ ਬਹੁਤ ਵੱਡਾ ਨਿਰਾਦਰ ਕੀਤਾ ਸੀ, ਗੰਦਗੀ ਦੇ ਢੇਰ ਦੇ ਉੱਤੇ ਸੁੱਟੀਆਂ ਹੋਈਆਂ ਸਨ। ਪੁਲਿਸ ਪ੍ਰਸ਼ਾਸਨ ਨੇ ਤੁਰੰਤ ਉਸ ਦੁਸ਼ਟ ਦੇ ਉੱਪਰ ਕਾਰਵਾਈ ਤਾਂ ਕਰ ਦਿੱਤੀ ਹੈ, ਪਰ ਅੱਜ ਪਿੰਡ ਦੀ ਪੰਚਾਇਤ, ਪਿੰਡ ਦੀ ਸੰਗਤ ਅਤੇ ਦਮਦਮੀ ਟਕਸਾਲ ਦੇ ਸਿੰਘ ਅਤੇ ਸਤਿਕਾਰ ਕਮੇਟੀ ਪੰਜਾਬ ਵੱਲੋਂ ਅਤੇ ਪਿੰਡ ਦੀ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਇੱਕ ਮਤਾ ਪਾਇਆ ਗਿਆ ਹੈ। ਇਹ ਮਤਾ ਪਾਉਣਾ ਤਾਂ ਜ਼ਰੂਰੀ ਹੋ ਗਿਆ ਕਿ ਬੇਅਦਬੀਆਂ ਦੀਆਂ ਘਟਨਾਵਾਂ ਵਾਪਰਨੀਆਂ ਜਿਹੜੀਆਂ ਉਹ ਦਿਨੋਂ ਦਿਨ ਵਾਪਰ ਰਹੀਆਂ ਨੇ, ਘੱਟ ਨਹੀਂ ਰਹੀਆਂ। ਜਿਹੜੇ ਦੁਸ਼ਟ ਬੇਅਦਬੀ ਕਰਦੇ ਨੇ ਉਹ ਸਰਕਾਰਾਂ ਉਹਨਾਂ ਨੂੰ ਬਚਾ ਲੈਂਦੀ ਹੈ, ਅਦਾਲਤਾਂ ਵੱਲੋਂ ਵੀ ਬਚ ਜਾਂਦੇ ਨੇ, ਪਰ ਹੁਣ ਅੱਜ ਪਿੰਡ ਦੀ ਸੰਗਤ ਨੇ, ਪਿੰਡ ਦੀ ਪੰਚਾਇਤ ਨੇ ਮਤਾ ਪਾ ਦਿੱਤਾ ਕਿ ਇਸ ਬੰਦੇ ਦਾ ਬਿਲਕੁਲ ਪੂਰਨ ਤੌਰ 'ਤੇ ਬਾਈਕਾਟ ਕੀਤਾ ਜਾਵੇ, ਨਾ ਗਮੀ 'ਤੇ ਨਾ ਖੁਸ਼ੀ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਦਿੱਤੇ ਜਾਣ 'ਤੇ, ਨਾ ਗੁਰੂ ਘਰ ਦੇ ਭਾਂਡੇ 'ਤੇ, ਨਾ ਇਸ ਬੰਦੇ ਨਾਲ, ਇਸ ਪਰਿਵਾਰ ਨਾਲ ਮਿਲਵਰਤਨ ਹੀ ਰੱਖਿਆ ਜਾਵੇਗਾ। ਜਿਹੜਾ ਕੋਈ ਵੀ ਇਸ ਪਰਿਵਾਰ ਨਾਲ ਮਿਲਵਰਤਨ ਰੱਖਦਾ ਹੈ ਉਹ ਉਹਨਾਂ ਯਾਨੀ ਕਿ ਜਿੰਨਾ ਇਹਨੇ ਦੁਸ਼ਟ ਨੇ ਪਾਪ ਕਮਾਇਆ ਉਹਨਾਂ ਪਾਪੀ ਉਹ ਹੈ। ਅੱਜ ਲੋੜ ਹੈ ਸਾਨੂੰ ਸਾਰਿਆਂ ਨੂੰ ਇਸ ਘਟਨਾ ਦੇ ਕਰਕੇ, ਪਿੰਡਾਂ ਦੇ ਵਿੱਚ ਗੁਰਮਤਾ ਕਰਕੇ ਜਿਹੜੀਆਂ ਬੇਅਦਬੀਆਂ ਕਰਨ ਵਾਲੇ ਦੁਸ਼ਟ ਨੇ ਉਹਨਾਂ ਦਾ ਪੂਰਨ ਤੌਰ 'ਤੇ ਬਾਈਕਾਟ ਕੀਤਾ ਜਾਵੇ। ਦੇਖੋ ਜੀ, ਬੰਦਾ ਤਾਂ ਉਸ ਦਿਨ ਹੀ ਫੜਿਆ ਗਿਆ ਸੀ ਜਿਸ ਦਿਨ ਬੇਅਦਬੀ ਹੋਈ, ਉਦੋਂ ਹੀ ਫੜ ਲਿਆ ਸੀ, ਉਹਨੂੰ ਜੇਲ੍ਹ ਵਿੱਚ ਵੀ ਭੇਜ ਦਿੱਤਾ ਗਿਆ। ਸੋ ਕਿ ਜੋ ਇਹੋ ਜਿਹੀਆਂ ਚੀਜ਼ਾਂ ਸੀ ਵੀ ਪਿੰਡ ਨੇ, ਪੰਚਾਇਤ ਨੇ ਔਰ ਸਾਰੇ ਨਗਰ ਨੇ ਬੈਠ ਕੇ ਇਹ ਇੱਕ ਵਿਚਾਰ ਵਟਾਂਦਰਾ ਕੀਤਾ ਵੀ ਉਸ ਪਰਿਵਾਰ ਨੇ ਜੋ ਗੁਰੂ ਸਾਹਿਬ ਦੀ, ਗੁਟਕਾ ਸਾਹਿਬ ਦੀ, ਜੋ ਵੀ ਉਹਨੇ ਆਪਣਾ ਗੁਰੂ ਸਾਹਿਬ ਦੀਆਂ ਫੋਟੋਆਂ ਦੀ ਬੇਇੱਜ਼ਤੀ ਕਰ, ਆਪਣਾ ਬੇਅਦਬੀ ਕਰਕੇ ਉਹਨੂੰ ਐਸੋ ਜਿਹੀ ਜਗ੍ਹਾ ਦੇ ਉੱਤੇ ਜਾ ਕੇ ਸੁੱਟ ਦਿੱਤਾ ਗਿਆ। ਔਰ ਉਸ 'ਤੇ ਚਲੋ ਹੋ ਸਕਦਾ ਸੀ ਟਾਈਮ ਲੱਗਦਾ, ਕੁਛ ਇਹੋ ਜਿਹੀਆਂ ਚੀਜ਼ਾਂ ਮਿਲੀਆਂ ਜਿਹੜੀਆਂ ਯਕਦਮ ਸਾਨੂੰ ਬੇਅਦਬੀ ਕਰਨ ਵਾਲਾ ਜਿਹੜਾ ਮੁਰਜਮ ਸੀ ਉਹ ਮਿਲ ਗਿਆ। ਉਸ ਤੋਂ ਬਾਅਦ ਨਗਰ ਆਪਾਂ ਸਾਰਿਆਂ ਨੇ ਸਲਾਹ ਕੀਤੀ ਸੀ ਵੀ ਇਹ ਬੰਦੇ ਦੇ ਨਾਲੋਂ, ਪਰਿਵਾਰ ਨਾਲੋਂ ਸਾਰਾ ਹੀ ਆਪਣਾ ਇਹਦਾ ਬਾਈਕਾਟ ਕੀਤਾ ਜਾਵੇ, ਔਰ ਬਾਈਕਾਟ ਕਰਕੇ ਇਹਦੇ ਕੋਈ ਵੀ ਆਪਣੇ ਕਿਸੇ ਵੀ ਧਰਮ, ਕੋਈ ਆਪਣੇ ਦੇ ਨਾਲ ਮੇਲ ਜੋਲ ਕੋਈ ਇਹਦੇ ਨਾਲ ਨਾ ਰੱਖਿਆ ਜਾਵੇ, ਕੋਈ ਵੀ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਇਹਦੇ ਨਾਲ ਨਾ ਤੁਰਿਆ ਜਾਵੇ, ਨਾ ਇਹਨੂੰ ਕੋਈ ਆਪਣੇ ਜਿਹੜਾ ਵੀ ਪਰਿਵਾਰ ਇਸ ਨੂੰ ਸੱਦੇਗਾ, ਜੋ ਅੱਜ ਮਤਾ ਪਾਇਆ ਗਿਆ ਵੀ ਜਿਹੜਾ ਵੀ ਇਹਨੂੰ ਸੱਦੇਗਾ ਉਹਦਾ ਵੀ ਨਾਲ ਬਾਈਕਾਟ ਕੀਤਾ ਜਾਵੇ। ਕਿ ਜਿਹੜੀ ਬੇਅਦਬੀ ਕਰਨ ਵਾਲੇ ਇਹਨਾਂ ਦਾ ਕੀ ਹਾਲ ਹੋਣਾ ਚਾਹੀਦਾ, ਸਾਰੇ ਪਿੰਡ ਵੱਲੋਂ ਇਹਨਾਂ ਦਾ ਬਾਈਕਾਟ ਕੀਤਾ ਗਿਆ। ਜੇ ਕੋਈ ਇਹਨਾਂ ਦੀ ਮਦਦ ਕਰੂਗਾ ਸਾਡੇ ਵਾਸਤੇ, ਜਿਹਨੇ ਇਹ ਦੋਸ਼ੀ ਆ ਉਹਨਾਂ ਹੀ ਉਹ ਦੋਸ਼ੀ ਹੋਊਗਾ। ਇਹੋ ਜਿਹੇ ਬੰਦਿਆਂ ਦਾ ਕੀ ਇਲਾਜ ਹੈ, ਇਹ ਕੌਮ ਜਾਣਦੀ ਆ ਵੀ ਆ ਕਿ ਇਹਨਾਂ ਦਾ ਕੀ ਕਾਨੂੰਨੀ ਤੌਰ 'ਤੇ ਤਾਂ ਇਹੋ ਹੀ ਹੱਲ ਆ, ਦੂਜੇ ਤੌਰ 'ਤੇ ਵੀ ਸਾਰੇ ਜਾਣਦੇ ਇਹਨਾਂ ਦਾ ਕੀ ਹੱਲ ਆ। ਕਿਹਾ ਹੀ ਗਿਆ ਕਿ ਬੀਬੀ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਆ, ਪਿੰਡ ਵੱਲੋਂ ਨਹੀਂ, ਪਿੰਡ ਵੱਲੋਂ ਤਾਂ ਇਹਨਾਂ ਨੂੰ ਬਾਹਰ ਕੱਢਣਾ ਹੀ ਕੱਢਣਾ, ਬਾਕੀ ਅਸੀਂ ਆਪਣੇ ਹੋਰ ਵੀ ਜਿਹੜੇ ਸਿੱਖ ਧਰਮ ਨਾਲ ਸੰਬੰਧਿਤ ਲੋਕ ਨੇ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ, ਇਹ ਕਿਤੇ ਵੀ ਜਾਂਦੇ, ਕਿਸੇ ਪਿੰਡ ਦੇ ਵਿੱਚ ਵੀ ਜਾਂਦੇ ਆ, ਕਿਸੇ ਰਿਸ਼ਤੇਦਾਰ ਕੋਲ ਜਾਂਦੇ ਆ, ਇਹਨਾਂ ਨੂੰ ਉੱਥੋਂ ਬਾਹਰ ਕੱਢਿਆ ਜਾਏ, ਇਹਨਾਂ ਨੂੰ ਕੋਈ ਵੀ ਆਪਣੇ ਸ਼ਰਨ ਨਾ ਦੇ ਘਰ ਦੇ ਵਿੱਚ, ਤਾਂ ਜੋ ਆਉਣ ਵਾਲੇ ਸਮੇਂ 'ਚ ਪਤਾ ਲੱਗੇ ਕਿ ਇਹੋ ਜਿਹੇ ਬੰਦਿਆਂ ਦਾ ਕੀ ਹਾਲ ਹੋਣਾ ਚਾਹੀਦਾ। ਜਿਹੜਾ ਉੱਥੇ ਮੋਰਿੰਡੇ ਜਿਹਨੇ ਬੇਅਦਬੀ ਕੀਤੀ ਸੀ ਉਹਦੇ ਉੱਤੇ ਵੀ ਸਾਰਿਆਂ ਨੇ ਇਹੋ ਫੈਸਲਾ ਲਿਆ, ਇਹਨਾਂ ਦੇ ਜਨਮ ਕਿਤੇ ਵੀ ਅਖੰਡ ਪਾਠ ਸਾਹਿਬ ਜਾਂ ਇਹਨਾਂ ਦੀ ਅਰਦਾਸ ਨਾ ਕੀਤੀ ਜਾਏ, ਇਹਨਾਂ ਨੂੰ ਪਤਾ ਹੋਏ ਅਸੀਂ ਜੰਮਾਂਗੇ ਮਰਾਂਗੇ ਸਾਡੇ 'ਤੇ ਕਿਸੇ ਨੇ ਨਹੀਂ ਆਉਣਾ। ਜੇ ਅਸੀਂ ਕਾਨੂੰਨੀ ਤੌਰ 'ਤੇ ਆਪਾਂ ਕਾਰਵਾਈ ਇਹ ਕਰਨੀ, ਇਹ ਕਰੋ, ਬਾਕੀ ਸਿੱਖ ਜੋ ਆਪਣਾ ਜੇ ਕੋਈ ਬੇਅਦਬੀ ਕਰਦਾ ਆ ਉਹਦਾ ਸੋਧਾ ਲਾਉਂਦੇ ਆ, ਫਿਰ ਉਹਨਾਂ ਨੂੰ ਕੋਈ ਗਲਤ ਨਾ ਆਖੇ। ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਆ ਵਡਾਲਾ ਗ੍ਰੰਥੀਆਂ ਦੇ ਵਿੱਚ। ਸਾਰਿਆਂ ਨੂੰ ਬੇਨਤੀ ਜਿੱਥੇ ਤੱਕ ਇਹ ਸਾਡੀ ਆਵਾਜ਼ ਆ ਰਹੀ ਆ ਕਿ ਆਪਣੇ ਗੁਰੂ ਦੇ ਲਈ ਜੀਣਾ ਅਤੇ ਗੁਰੂ ਲਈ ਮਰਨਾ ਹੈ, ਅਤੇ ਇਸ ਕਰਕੇ ਜਿੱਥੇ ਵੀ ਇੱਦਾਂ ਦੀ ਕੋਈ ਘਟਨਾ ਹੁੰਦੀ ਉਹਨਾਂ ਦਾ ਬਿਲਕੁਲ ਪੂਰਨ ਤੌਰ 'ਤੇ ਬਾਈਕਾਟ ਕੀਤਾ ਜਾਵੇ, ਕੋਈ ਵੀ ਸਮਾਜਿਕ ਤੌਰ 'ਤੇ ਕੋਈ ਵੀ ਵਰਤੋਂ ਨਾ ਰੱਖੀ ਜਾਏ ਉਹਨਾਂ ਨਾਲ। ਦੋਵੇਂ ਜੀ ਸੀਗੇ, ਬਾਕੀ ਬੱਚੇ ਉਹਨਾਂ ਦੇ ਬਾਹਰ ਵਾ, ਅਤੇ ਇਸ ਬੀਬੀ ਦੇ ਵੀ ਬਹੁਤ ਮਾੜੀਆਂ ਕਰਤੂਤਾਂ ਨੇ ਦੱਸੀਆਂ ਜਾ ਰਹੀਆਂ, ਪਿੰਡ ਵਿੱਚ ਆਣ ਕੇ ਪਤਾ ਲੱਗਿਆ ਵਾ।
कभी कुछ बोलते कभी कुछ बोलते आ हर हर बीबी ने अपने बंदे बारे पता हों वा उन्होंने उन्होंने पता सी शहर न सब कुछ होया वा उन्होंने पता कि मेरा बंदा जो इदा का तो उन्होंने पहले ही महाराज साहब के जो गुटका साहब उन्होंने गुरद्वारा साहब दिता जाना चाहिए सर बेअदबी तो रोकना चाहिए सी पर उन्हें कोई भी रोक नहीं की सगो आप नाल बराबर हो के बेअदबी करवाई आ उल्टा हुण सारे जिहड़े उन्हां दा मतलब करदे पए विरोध उन्हां दे गल जाके पै रहे आ इस करके उह बीबी नूं पूर्ण तौर ते जो बन दी सज़ा दित्ती जावे उन्हां दा पूर्ण तौर ते सारे परिवार दा बाइकट कीता जावे। नहीं इस चीज़ का तो नहीं कोई अजे पता लग्या पर चलो यही अरदास वा वाहिगुरु अगे इन्हां सारे नूं मदद बख्शे बाकी इन्हां नूं इहो चाहिए कि सारे परिवार का बाइकट किया जाए। अं तो यह कहना चाहते हैं कि अपने गुरु की बेइज्जती जी जगह जगह तो हो रही है ये पंथ के पिछे अं आप जीवांगे या मरांगे अं गुरु मालिक के नाल वा यह बेइज्जती जरा जिथे जिथे भी हो रही है साढ़े को बर्दाश्त नहीं होंगी तो यह बीबी न जो उन्होंने पति आ उन्होंने सख्त तो सख्त सज़ा होनी चाहिए पिंड बाइकाट हो जाना चाहिए इन्हों। हाँ जी नहीं यहोजा आदमी तो पिंड रहना ही नहीं चाहिए।